ਮੈਂ ਸ਼ੋ ਨੰਬਰ ਬੋਲਾਂਗਾ 077077 ਦਸਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਲੈ ਲਓ ਜੀ ਅੱਗੇ ਸਿਵਰ ਆ ਜਾਓ ਜੀ ਸੁਰਜਿੰਦਰ ਹੋ ਜਾਓ ਨਾਲ ਸੋ ਦਸਵੀਂ ਪੋਜੀਸ਼ਨ ਹਾਸਲ ਕੀਤੀ ਹੈ ਸ਼ੋ ਨੰਬਰ 77077 ਬਹਿ ਲਾਈਵ ਚੱਲੀ ਜਾਂਦਾ ਲਾਈਵ ਚੱਲੀ ਜਾਂਦਾ ਸਾਰੇ ਦੇਖੀ ਜਾਂਦੇ ਮੈਂ ਤਾਂ ਬਸ ਕਰ ਕੈਮਰੇ ਚ ਰਹਿਣ ਦੇ ਛੱਡ ਕਰ ਕਿਹੜਾ ਐਡਿਟ ਕਰਦਾ ਫਿਰ ਆਹ ਚੱਲੀ ਜਾਂਦਾ ਇੱਧਰ ਲਾਈਵ ਦੇਖੀ ਜਾਂਦੇ ਲੋਕ ਦੱਸੋ ਫਟੇ ਹੋ ਜੂ ਨਾ ਕਰ ਦੇਣਾ ਮੈਂ ਇੱਥੇ ਬੋਲੀ ਜਾਂਦਾ ਸਾਰਾ ਕੰਮ ਰਹਿਣ ਦੇ ਛੱਡ ਕਰ ਬੈਟਰੀ ਹੈਗੀ ਆ ਬੈਟਰੀ ਬਹੁਤ ਆ ਬਹੁਤ ਬੈਟਰੀ ਹੈਗੀ ਆ ਫਿਰ ਦਸਵੇਂ ਨੰਬਰ ਤੇ ਆਇਆ ਬਈ ਸੱਜਣੋ ਅਸੀਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖੋ ਦਸਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋ ਨੰਬਰ 77 77 ਨੰਬਰ ਅਗਲਾ ਹੋ ਗਿਆ ਜੀ ਹਾਂਜੀ ਨੌਵਾਂ ਨੰਬਰ ਸ਼ੋ ਨੰਬਰ ਜੀ ਵੀਡੀਓ ਨਾਲ ਬਣੇ ਰਹੋ ਵੀਰੇ ਬਸ ਸ਼ੇਅਰ ਕਰ ਦਿਓ ਥੈਂਕ ਯੂ ਆਈ ਜੀ 325 ਜਿਸਨੇ ਨੌਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਬਣੇ ਰਹੋ ਵੀਡੀਓ ਦੇ ਨਾਲ ਵੀਰੇ ਐਂਡ ਤੱਕ ਜੋਰ ਕਿਸੇ ਪਾਸੇ ਘੱਟ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਹਰ ਘੋੜੇ ਤਾਂ ਜੋ ਜਿਹੜੇ ਵੀ ਘਰ ਵਿੱਚ ਹਨ ਹਾਂਜੀ ਨੌਵੇਂ ਤੋਂ ਬਾਅਦ ਅਸੀਂ ਅੱਠਵਾਂ ਨੰਬਰ ਬੋਲਣ ਲੱਗੇ ਜੀ ਹਾਂਜੀ ਸ਼ੋ ਨੰਬਰ 054 054 ਹਾਂਜੀ ਬਾਈ ਜੀ ਦੇਖੋ ਸਾਹਮਣੇ ਜੀ ਓਕੇ ਜੀ ਹਾਂਜੀ ਜਿੰਨੇ ਕੈਮਰਾ ਵਾਲੇ ਵੀਰ ਨੇ ਤੁਸੀਂ ਥੋੜ੍ਹਾ ਪਾਸੇ ਕਿਉਂਕਿ ਤੁਸੀਂ ਸਾਈਡ ਕਵਰ ਕਰ ਰਹੇ ਹੋ ਕਿਰਪਾ ਕਰਕੇ ਥੋੜ੍ਹਾ ਪਾਸੇ ਹੋ ਜਾਓ ਜੋ ਸਾਡੇ ਅਨਆਫੀਸ਼ੀਅਲ ਬੰਦੇ ਸਤਵਾ ਹੈ ਜੀ 353 ਜੀ 353 ਇਹ ਮਰਿੰਡੇ ਕੋਲ ਹੈ ਜੀ ਬਿੱਲੂ ਬਾਈ ਕੋਲ ਬਿੱਲੂ ਬਾਈ ਦਾ ਆਲੇ ਕਾਂਟ ਦਾ ਬੱਚਾ ਪਹਿਲਾਂ ਇਹਨਾਂ ਕੋਲੇ
ਪੰਜ ਕਲਿਆਂ ਹਨਾ ਹਾਂਜੀ ਬਾਈ ਹਾਂਜੀ ਇਹ ਛੇਵੀਂ ਪੁਜੀਸ਼ਨ ਹੈ ਜੀ ਸ਼ੋਅ ਨੰਬਰ 306 306 ਨਵਾਬ ਆਸੀ ਕਲਾ ਰਤਨਾਕਰ ਦਾ ਬੱਚਾ ਆਸੀ ਕਲਾ ਵਾਲਾ ਨਵਾਬ 306 is on 6th position. ਹਾਂਜੀ ਨੰਬਰ 5 ਦੇ ਉੱਤੇ ਹੈ ਜੀ ਸ਼ੋਅ ਨੰਬਰ 079 ਪੰਜਵੀਂ ਪੁਜੀਸ਼ਨ ਹੈ ਜੀ ਸ਼ੋਅ ਨੰਬਰ 079 ਆਲੋ 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 ਆਲੋ
ਕਰ ਦਿਓ ਜੀ ਫਿਰ ਅਗਲੇ ਜਿਹੜੇ ਦੋ ਅਨਾਉਂਸ ਕਰਾਂਗੇ ਸਾਰੇ ਦਾ ਸਾਰਾ ਗਰਾਊਂਡ ਖਾਲੀ ਕਰ ਦਿਓ ਜੀ ਸਾਨੂੰ ਪ੍ਰਸ਼ਾਸਨ ਵੱਲੋਂ ਹਦਾਇਤ ਆਈ ਹੈ ਕਿ ਜਿੰਨੀ ਦੇਰ ਤੱਕ ਗਰਾਊਂਡ ਖਾਲੀ ਨਹੀਂ ਹੁੰਦਾ ਅਗਲੇ ਦੋ ਇਨਾਮ ਅਨਾਊਂਸ ਨਹੀਂ ਕਰਦੇ ਨੰਬਰ ਦੋ ਤੇ ਗੋਲਡਨ ਵਾਕ ਔਰ ਪਹਿਲੇ ਨੰਬਰ ਤੇ ਕੂੜਾ ਮਿਹਰਬਾਨੀ ਜੀ ਰਾਉਂਡ ਖੁੱਲਾ ਕਰੋ ਆਹ ਕਿਹਨੇ ਰਾਉਂਡ ਖੁੱਲਾ ਕਰੋ ਇਹ ਬੋਲ ਵਜਾਈ ਜਾਉਂਦੇ ਨੇ ਓਏ